ਜੈ ਹਿੰਦ ਹੋਈ ਸਾਰੇ ਕੈਂਡੀਡੇਟਸ ਨੂੰ ਦਾ ਇੱਕ ਵਾਰ ਫਿਰ ਆਇਆ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਅਪਡੇਟ ਲੈ ਕੇ ਤੇ ਇਹ ਜਿਹੜਾ ਅਪਡੇਟ ਹੈ ਦੋਸਤੋ ਇਹ ਆ ਰਿਹਾ ਜੀ ਪੰਜਾਬ ਗਵਰਨਮੈਂਟ ਦੇ ਵੱਲੋਂ ਤੇ ਪੰਜਾਬ ਗਵਰਨਮੈਂਟ ਨੇ ਦੋਸਤੋ ਅੱਜ ਜਵਾਨਾਂ ਨੂੰ ਕਾਫੀ ਵਧੀਆ ਤੋਹਫਾ ਦਿੱਤਾ ਹੈ ਹਾਲੀ ਵਿੱਚ ਦੋਸਤੋ ਪੰਜਾਬ ਦੇ ਵਿੱਚ ਜਿਹੜੀ ਪੋਸਟਾਂ ਚੱਲ ਰਹੀ ਹੈ ਉਸ ਤੋਂ ਇਲਾਵਾ ਹੋਰ 20000 ਪੋਸਟਾਂ ਦੀ ਅਨਾਉਂਸਮੈਂਟ ਜਿਹੜੀ ਹੈ ਅੱਜ ਹੋ ਚੁੱਕੀ ਹੈ ਤੇ ਇਹ ਜਿਹੜੀ ਪੋਸਟਾਂ ਹੈ ਦੋਸਤੋ ਇਹ ਕੈਟਾਗਰੀ 3 ਤੇ 4 ਦੇ ਅੰਦਰ ਅਨਾਉਂਸ ਕੀਤੀ ਜਾਵੇਗੀ ਜਾਨੀ ਕਿ ਗਰੁੱਪ ਸੀ ਤੇ ਡੀ ਦੀ ਪੋਸਟਾਂ ਜਿਹੜੀ ਹੈ ਇਹ ਆਏਗੀ ਇੱਕ ਗਰੁੱਪ ਡੀ ਦਾ ਤੁਸੀਂ ਮਤਲਬ ਦੇਖ ਲਓ ਕਿ ਬਹੁਤ ਹੀ ਘੱਟ ਕੁਆਲਿਫੀਕੇਸ਼ਨ ਤੇ ਤੁਹਾਡੀ ਪੋਸਟਾਂ ਜਿਹੜੀਆਂ ਅਨਾਉਂਸ ਹੋਏਗੀ ਇੱਥੇ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਜਿਹੜੇ ਵੀ ਡਿਪਾਰਟਮੈਂਟਾਂ ਦੇ ਵਿੱਚ ਪੋਸਟਾਂ ਖਾਲੀ ਐ ਸਾਰਿਆਂ ਦੀ ਲਿਸਟ ਮੰਗੀ ਗਈ ਐ ਤੇ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਪੋਸਟਾਂ ਜਿਹੜੀ ਐ ਇਹ ਕੱਢੀ ਜਾਊਗੀ ਗਰੁੱਪ ਸੀ ਤੇ ਗਰੁੱਪ ਡੀ ਦੀਆਂ ਤਾਂ ਇੱਥੇ ਮੰਨ ਲਓ ਵੀ ਐਸਐਹ ਦੀ ਪੋਸਟ ਆਏਗੀ ਕਨਸਟੇਬਲ ਆਏਗੀ ਇਹ ਤਾਂ ਕਨਫਰਮ ਐ ਜਨਵਰੀ ਵਿੱਚ ਨਵਾਂ ਨੋਟੀਫਿਕੇਸ਼ਨ ਜਾਰੀ ਹੋ ਜਾਏਗਾ ਤੇ ਇਸ ਤੋਂ ਇਲਾਵਾ ਦੋਸਤੋ ਪਟਵਾਰੀਆਂ ਦੀ ਕਲਰਕਾਂ ਦੀ ਮਾਸਟਰਾਂ ਦੀ ਚਪੜਾਸੀਆਂ ਦੀ ਡਰਾਈਵਰਾਂ ਦੀ ਹਰ ਤ ਪੋਸਟਾਂ ਫਿਲਪ ਨਹੀਂ ਹੋਈ ਸੀ ਉਹ ਪੋਸਟਾਂ ਹੀ ਖਤਮ ਕਰ ਦਿੱਤੀ ਗਈ ਸੀ ਬਟ ਹੁਣ ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਡਿਪਾਰਟਮੈਂਟਾਂ ਦੀ ਸਾਰੀ ਕਹ ਲਓ ਜਾਂ ਫਿਰ ਅੱਧੇ ਤੋਂ ਜ਼ਿਆਦਾ ਪੋਸਟਾਂ ਜਿਹੜੀ ਖਾਲੀ ਹੈ ਉਹ ਡਿਪਾਰਟਮੈਂਟ ਖਤਮ ਨਹੀਂ ਹੋਣਗੇ ਉਹਨਾਂ ਪੋਸਟਾਂ ਨੂੰ ਭਰਿਆ ਜਾਵੇਗਾ ਸੋ ਕੁੱਲ ਮਿਲਾ ਕੇ ਪੰਜਾਬ ਦੇ ਸਾਰੇ ਜਵਾਨਾਂ ਵਾਸਤੇ ਬਹੁਤ ਹੀ ਵਧੀਆ ਖਬਰ ਹੈ ਮਿਨਿਮਮ 10th ਤੋਂ ਲੈ ਕੇ ਹਾਈਐਸਟ ਕੁਆਲੀਫਿਕੇਸ਼ਨ ਤੱਕ ਨਵੀਂ ਪੋਸਟਾਂ ਜਾਰੀ ਹੋਏਗੀ ਸੋ ਤੁਸੀਂ ਕਿਸੇ ਵੀ ਕੈਟਾਗਰੀ ਵਿੱਚ ਜਾਣਾ ਚਾਹੁੰਦੇ ਹੋ ਭਰਤੀਆਂ ਦੇ ਚਾਹਵਾਨ ਜਵਾਨ ਹੋ ਤਾਂ ਆਪਦੀ ਤਿਆਰੀ ਤੁਸੀਂ ਕੰਟੀਨਿਊ ਰੱਖਿਓ ਇਹ ਪੇਪਰ ਵਧੀਆ ਗਏ ਹੈ ਤਾਂ ਬਹੁਤ ਦੈਨਾਉਂਸਮੈਂਟ ਹੋ ਚੁੱਕੀ ਹੈ ਤੇ ਬਹੁਤ ਹੀ ਛੇਤੀ ਜਿਹੜਾ ਹੈ ਇਹਨਾਂ ਦੀ ਡਿਟੇਲ ਵਗੈਰਾ ਵੀ ਜਾਰੀ ਹੋ ਚਗੀ ਸੋ ਜਦੋਂ ਵੀ ਅਪਡੇਟ ਆਇਆ ਤੁਹਾਡੇ ਨਾਲ ਸ਼ੇਅਰ ਕਰ ਦੇਾਂਗੇ ਚੈਨਲ ਨਾਲ ਬਨੇ ਰਹੋ ਬਾਕੀ ਆਪਾਂ ਮਿਲਦੇ ਆ नेक्स्ट ਵੀਡੀਓ ਵਿੱਚ ਉਦੋਂ ਤੱਕ ਦੇ ਲਈ ਰੱਬ ਰੱਖਾ